ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਹਰ ਇੱਕ ਮਨੁੱਖ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜ਼ਿੰਦਗੀ ਵਿੱਚ ਕੋਈ ਦੁੱਖ ਨਾ ਆਵੇ ਕੋਈ ਵੀ ਪਰੇਸ਼ਾਨੀ ਨਾ ਆਵੇ ਸਾਰੀ ਜ਼ਿੰਦਗੀ ਸੁੱਖ ਤੇ ਖੁਸ਼ੀਆਂ ਨਾਲ ਭਰੀ ਹੋਵੇ ਆਪਾਂ ਆਪਣੇ ਵੱਲੋਂ ਪੂਰੀ ਤਾਕਤ ਲਾ ਦਿੰਦੇ ਹਾਂ ਦੁੱਖਾਂ ਤੋਂ ਬਚਣ ਲਈ ਉਹਦੇ ਲਈ ਸਾਰੇ ਰਾਹ ਹੀ ਬੰਦ ਕਰ ਦਿੰਦੇ ਹਾਂ ਪਰ ਜੋ ਇਹ ਚਿੰਤਾ ਹੈ ਨਾ ਇਹ ਬੜੀ ਚਲਾਕੇ ਇਹ ਸਾਹਮਣੇ ਵਾਲੇ ਬੂਹੇ ਤਾਂ ਬੰਦ ਕਰ ਦਿੰਨੇ ਆ ਪਰ ਇਹ ਚੋਰ ਰਸਤੇ ਲੱਭ ਅੰਦਰ ਆ ਜਾਂਦੀ ਹੈ ਆਪਾਂ ਪੂਰੀ ਸਾਵਧਾਨੀਆਂ ਵਰਤਦੇ ਆਂ ਵੀ ਕਿਤੇ ਦੁੱਖਾਂ ਨਾਲ ਵਾਹ ਨਾ ਪੈ ਜਾਵੇ ਦੁੱਖਾਂ ਤੋਂ ਦੂਰ ਰਹੀਏ ਫਿਰ ਵੀ ਜ਼ਿੰਦਗੀ ਵਿੱਚ ਇੱਕ ਤੋਂ ਬਾਅਦ ਇੱਕ ਦੁੱਖ ਆ ਹੀ ਜਾਂਦੇ ਹਨ ਹਰ ਮਨੁੱਖ ਦੀ ਜ਼ਿੰਦਗੀ ਵਿੱਚ ਤਿੰਨ ਤਰ੍ਹਾਂ ਦੇ ਦੁੱਖ ਹੁੰਦੇ ਹਨ ਪਹਿਲਾ ਪੈਸੇ ਪੱਖੋਂ ਵਾਲਾ ਪਾਵ ਤਨ ਦਾ ਦੁਜਾ ਤਨ ਦਾ ਦੁੱਖ ਤੇ ਤੀਜਾ ਮਨ ਦਾ ਦੁੱਖ ਤਨ ਦਾ ਦੁੱਖ ਜੋ ਹੈ ਉਹ ਐਵੇਂ ਦਾ ਹੁੰਦਾ ਹੈ ਵੀ ਉਸ ਨਾਲ ਮਨੁੱਖ ਥੋੜਾ ਜਿਹਾ ਦੁਖੀ ਤਾਂ ਹੁੰਦਾ ਹੈ ਪਰ ਕੰਮ ਆਪਣੇ ਫਿਰ ਵੀ ਚਲਾ ਲੈਂਦਾ ਹੈ ਪੈਸਿਆਂ ਨੂੰ ਲੈ ਕੇ ਬੜਾ ਜਿਆਦਾ ਦੁਖੀ ਨਹੀਂ ਹੁੰਦਾ ਇਹ ਜੋ ਜ਼ਿੰਦਗੀ ਹੈ ਇਸ ਦੀ ਗੱਡੀ ਚੱਲ ਜਾਂਦੀ ਪਰ ਉਸ ਤੋਂ ਵੱਧ ਕੇ ਹੁੰਦਾ ਹੈ ਕੰਨ ਦਾ ਦੁੱਖ ਜੋ ਸਰੀਰ ਵਿੱਚ ਕੋਈ ਰੋਗ ਆ ਜਾਵੇ ਜੋ ਸਰੀਰ ਨਾਲ ਹਮੇਸ਼ਾ ਚੱਲਦਾ ਰਹੇ ਤਾਂ ਦੁੱਖ ਸਾਨੂੰ ਭਾਰੀ ਲੱਗਦਾ ਪਰ ਫਿਰ ਵੀ ਆਪਾਂ ਉਸ ਦੁੱਖ ਨਾਲ ਵੀ ਗੁਜ਼ਾਰਾ ਕਰ ਲੈਨੇ ਆ ਆਪਾਂ ਆਪਣੀ ਚਾਲ ਤੁਰਦੇ ਰਹੀਨੇ ਪਰ ਸਭ ਤੋਂ ਵੱਡਾ ਦੁੱਖ ਪਤਾ ਕੀ ਹੈ ਮਨ ਦਾ ਦੁੱਖ ਜੋ ਅੱਜ ਸਾਨੂੰ ਸਭ ਨੂੰ ਲੱਗੇ ਹੋਏ ਨੇ ਮਨ ਦਾ ਦੁੱਖ ਚਿੰਤਾ ਮਨ ਤੇ ਪਿਆ ਭਾਰ ਇੰਨਾ ਔਖਾ ਹੋ ਜਾਂਦਾ ਹੈ ਵੀ ਉਹਨੂੰ ਸਹਿਣਾ ਵੀ ਸਾਡੇ ਲਈ ਮੁਸ਼ਕਿਲ ਹੋ ਜਾਂਦਾ ਹੈ ਮਨੁੱਖ ਪੈਸੇ ਦਾ ਤੰ ਦਾ ਦੁੱਖ ਤਾਂ ਸਹਿ ਲੈਂਦਾ ਪਰ ਜੇਕਰ ਉਹਦੇ ਮਨ ਵਿੱਚ ਦੁੱਖ ਹੈ ਤਾਂ ਉਹ ਉਹਨੂੰ ਸਹਿ ਨਹੀਂ ਪਾਉਂਦਾ ਇਸ ਲਈ ਸਭ ਤੋਂ ਜ਼ਿਆਦਾ ਦੁੱਖ ਸਾਡੇ ਮਨ ਵਿੱਚ ਹੁੰਦਾ ਹੈ ਇਸ ਮਨ ਦੇ ਦੁੱਖਾਂ ਦਾ ਕਦੇ ਅੰਤ ਹੋਵੇਗਾ ਕਿ ਨਹੀਂ ਫਿਰ ਕਿਵੇਂ ਛੁੱਟੇ ਇਸ ਮਨ ਦੇ ਦੁੱਖ ਤੋਂ ਕਿਉਂਕਿ ਇਹਨੂੰ ਤਾਂ ਇੱਕ ਪਲ ਛਿਣ ਵੀ ਸਹਿਣਾ ਔਖਾ ਹੈ ਜਿਸ ਮਨੁੱਖ ਦੇ ਮਨ ਵਿੱਚ ਦੁੱਖਾਂ ਦਾ ਤੂਫਾਨ ਉੱਠਦਾ ਰਹਿੰਦਾ ਹੈ ਨਾ ਉਹ ਜੀਤ ਕਸ਼ਟ ਵਿੱਚ ਕਸ਼ਟ ਦੀ ਜ਼ਿੰਦਗੀ ਜੀ ਰਿਹਾ ਹੈ ਦੁੱਖਾਂ ਦੀ ਜ਼ਿੰਦਗੀ ਜੀ ਰਿਹਾ ਹੈ ਉਹਦੀਆਂ ਖੁਸ਼ੀਆਂ ਵੀ ਖਤਮ ਹੋ ਜਾਂਦੀਆਂ ਹਨ ਜਿੰਦਗੀ ਵਿੱਚ ਕੁਝ ਵੀ ਬਾਕੀ ਨਹੀਂ ਰਹਿੰਦਾ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਜੋ ਮਨ ਦੀਆਂ ਬਿਮਾਰੀਆਂ ਨੇ ਇਹਨਾਂ ਤੋਂ ਕਦੋਂ ਮੁਕਤੀ ਮਿਲੇਗੀ ਮੁਕਤੀ ਮਿਲੇਗੀ ਜਾਂ ਨਹੀਂ ਜਾਂ ਫਿਰ ਐਵੇਂ ਜੀਵੇਂ ਜਿਵੇਂ ਹੁਣ ਸਹਿੰਨੇ ਪਏ ਆ ਉਵੇਂ ਹੀ ਸਹਿੰਦੇ ਜਾਵਾਂਗੇ ਜਵਾਬ ਇਹ ਕਿ ਮਨ ਦੇ ਦੁੱਖਾਂ ਦਾ ਅੰਤ ਹੋ ਸਕਦਾ ਹੈ ਉਹਦਾ ਸਿਰਫ ਇੱਕ ਹੀ ਇਲਾਜ ਹੈ ਪਤਾ ਕੀ ਆਪਣੇ ਮਨ ਦਾ ਗਹਿਰਾਈ ਵਿੱਚ ਉਤਰਨਾ ਆਪਾਂ ਕਦੇ ਧਿਆਨ ਦਿੱਤਾ ਹੈ ਜਿਹੇਸ ਕੰਮ ਵਿੱਚ ਮਨ ਨੂੰ ਕੰਮ ਕਰਨ ਵਿੱਚ ਬੜੀ ਖੁਸ਼ੀ ਮਿਲਦੀ ਹੈ ਨਾ ਆਪਾਂ ਉੱਥੇ ਮਨ ਲਾ ਕਰਦੇ ਹਾਂ ਉਹਨਾਂ ਸਮਾਂ ਆਪਾਂ ਆਪਣੇ ਹਰੇਕ ਦੁੱਖ ਤੇ ਚਿੰਤਾ ਨੂੰ ਭੁੱਲ ਜਾਂਦੇ ਹਾਂ ਕਿਉਂਕਿ ਉੱਥੇ ਸਾਡਾ ਮਨ ਉਸ ਗਹਿਰਾਈਆਂ ਤੱਕ ਪਹੁੰਚ ਜਾਂਦਾ ਹੈ ਮਨ ਦਾ ਕਿਸੇ ਵੀ ਚੀਜ਼ ਦੀ ਗਹਿਰਾਈ ਤੱਕ ਪਹੁੰਚਣ ਦੀਆਂ ਤਿੰਨ ਸਥਿਤੀਆਂ ਨੇ ਕਈ ਲੋਕ ਆਪਣੀ ਚਿੰਤਾ ਤੋਂ ਛੁਟਕਾਰਾ ਪਾਉਣ ਲਈ ਕਈ ਤਰ੍ਹਾਂ ਦੇ ਪਦਾਰਥ ਵਰਤਦੇ ਨੇ ਤੇ ਉਹਨਾਂ ਪਦਾਰਥਾਂ ਦਾ ਸੇਵਨ ਕਰਕੇ ਉਹਦੇ ਵਿੱਚ ਡੁੱਬੇ ਰਹਿੰਦੇ ਆਪਾਂ ਆਮ ਦੇਖਿਆ ਹੋਵੇਗਾ ਆਪਣੇ ਆਸ-ਪਾਸੇ ਤੇ ਸਭ ਤੋਂ ਪੈੜਾ ਤਰੀਕਾ ਇਹ ਆਪਾਂ ਵੀ ਜਾਣਦੇ ਆ ਕਿਉਂਕਿ ਆਪਾਂ ਆਪਣੇ ਆਸ-ਪਾਸ ਇੰਨੇ ਲੋਕੀ ਵੇਖਨੇ ਆ ਜੋ ਐਵੇਂ ਦੇ ਕੰਮ ਕਰਦੇ ਨੇ ਤੇ ਫਿਰ ਕੀ ਹੁੰਦਾ ਉਹ ਸਭ ਤੋਂ ਪਹਿਲਾ ਤਰੀਕਾ ਹੀ ਹੈ ਉਹਨਾਂ ਦੀ ਹਾਲ ਆਪਣੀ ਹਾਲਤ ਤਾਂ ਉਹਨਾਂ ਦੇ ਦੇਖਦੇ ਹੀ ਹੈ ਚਿੰਤਾਵਾਂ ਤੋਂ ਦੂਰ ਕਰਨ ਲਈ ਉਹ ਸਭ ਕੁਝ ਕਰਦੇ ਨੇ ਜਿਵੇਂ ਇਹਨਾਂ ਪਦਾਰਥਾਂ ਦਾ ਅਸਰ ਘੱਟ ਹੁੰਦਾ ਹੈ ਮਨੁੱਖ ਨੂੰ ਫਿਰ ਉਨੀ ਹੀ ਚਿੰਤਾਵਾਂ ਆ ਕੇ ਚੰਬੜ ਜਾਂਦੀਆਂ ਨੇ ਸੋ ਉਹ ਹੋਰ ਜ਼ਿਆਦਾ ਭਾਰ ਉਹਨਾਂ ਦਾ ਲੱਗਣ ਲੱਗ ਜਾਂਦਾ ਹੈ ਨਾਲ ਆਪਣਾ ਤਨ ਵੀ ਖਰਾਬ ਕਰ ਲੈਂਦੇ ਨੇ ਦੂਜੀ ਸਥਿਤੀ ਵਿੱਚ ਆਪਣਾ ਮਨ ਕਿਸੇ ਕੰਮ ਵਿੱਚ ਲੱਗ ਜਾਵੇ ਭਾਵੇਂ ਸੰਸਾਰ ਦੇ ਕਿਸੇ ਕੰਮ ਨੂੰ ਵੀ ਕਿਸੇ ਵਿੱਚ ਵੀ ਲੱਗ ਜਾਵੇ ਤੇ ਸਭ ਤੋਂ ਸੋਖੀ ਤੇ ਸੋਹਣੀ ਸਥਿਤੀ ਹੈ ਮਨ ਦੀ ਗਹਿਰਾਈ ਤੱਕ ਪਹੁੰਚਣ ਦੀ ਵਾਹਿਗੁਰੂ ਦਾ ਨਾਮ ਜੋ ਵਾਹਿਗੁਰੂ ਦੇ ਲੜ ਲੱਗ ਜਾਂਦਾ ਹੈ ਫਿਰ ਉਹ ਸੰਸਾਰ ਦੇ ਸਾਰੇ ਦੁੱਖ ਤਕਲੀਫਾਂ ਕਮੀਆਂ ਪਰੇਸ਼ਾਨੀਆਂ ਤੋਂ ਮੁਕਤ ਹੋ ਜਾਂਦਾ ਹੈ ਇਸ ਲਈ ਸਭ ਦੁੱਖਾਂ ਦਾ ਅੰਤ ਚਾਹੁੰਦੇ ਹੋ ਤਾਂ ਵਾਹਿਗੁਰੂ ਦਾ ਨਾਮ ਲਵੋ ਕਹਿੰਦੀ ਆ ਨਾ ਵੀ ਵੇਲਾ ਜੋ ਦਿਮਾਗ ਉਹ ਸ਼ੈਤਾਨ ਦਾ ਘਰ ਬਣ ਜਾਂਦਾ ਹੈ ਜਦੋਂ ਆਪਾਂ ਵਿਹਲੇ ਬੈਠੇ ਰਹਿੰਦੇ ਆ ਤਾਂ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਸੋਚਦੇ ਰਹਿੰਦੇ ਆ ਆਪਣਾ ਜੋ ਦਿਮਾਗ ਹੈ ਵੱਖ-ਵੱਖ ਤਰ੍ਹਾਂ ਦੇ ਵਿਚਾਰਾਂ ਨਾਲ ਭਰ ਜਾਂਦਾ ਤੇ ਉਹਨਾਂ ਕਾਰਨ ਹੀ ਫਿਰ ਆਪਾਂ ਸੁਖੀ ਹੁੰਦੇ ਰਹਿੰਦੇ ਆ ਤੇ ਦੁਖੀ ਹੁੰਦੇ ਰਹਿੰਦੇ ਆ ਪਰ ਜਦੋਂ ਆਪਣਾ ਮਨ ਕਿਸੇ ਪਾਸੇ ਲੱਗ ਜਾਂਦਾ ਹੈ ਤਾਂ ਆਪਾਂ ਨੂੰ ਫਿਰ ਦੁੱਖਾਂ ਦਾ ਅਹਿਸਾਸ ਵੀ ਨਹੀਂ ਹੁੰਦਾ ਜੇਕਰ ਆਪਾਂ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਆ ਤਾਂ ਸੋਚੋ ਵੀ ਐਵੇਂ ਦੀ ਕਿਹੜੀ ਚੀਜ਼ ਹੈ ਜਿੰਨੂੰ ਕਰਕੇ ਮੈਨੂੰ ਖੁਸ਼ੀ ਮਿਲਦੀ ਸੀ ਯਾ ਜੀ ਨੂੰ ਕਰਕੇ ਹਜੇ ਵੀ ਮੈਨੂੰ ਖੁਸ਼ੀ ਮਿਲਦੀ ਵੀ ਮੈਂ ਬਾਕੀ ਸਭ ਭੁੱਲ ਜਾਂਦਾ ਵਾਂ ਤਾਂ ਉਹ ਕਰਨ ਵਿੱਚ ਮੈਨੂੰ ਹੋਰ ਕੋਈ ਯਾਦ ਨਹੀਂ ਰਹਿੰਦਾ ਤੇ ਉਹ ਚੀਜ਼ ਉਹ ਕੰਮ ਉਹ ਗੱਲ ਫਿਰ ਆਪਾਂ ਰੋਜ਼ ਕਰਨੀ ਜਿਆਦਾ ਤੋਂ ਜਿਆਦਾ ਸਮੇਂ ਤੱਕ ਕਰਨੀ ਕਈ ਮਨੁ ਕਹਿੰਦੇ ਨੇ ਨਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਮੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਕੀ ਕਰਾਂ ਵੀ ਜਿਸ ਵਿੱਚ ਮੈਨੂੰ ਖੁਸ਼ੀ ਮਿਲੇ ਆਪਣੇ ਵਿੱਚ ਬਹੁਤੇ ਹੀ ਕਹਿੰਦੇ ਨੇ ਨਾ ਵੀ ਸਾਨੂੰ ਤਾਂ ਇਹ ਨਹੀਂ ਪਤਾ ਵੀ ਸਾਨੂੰ ਖੁਸ਼ੀ ਕਿੱਦੇ ਚ ਮਿਲਦੀ ਉਪਲੇ ਪੁਰਖਾ ਜੀਵਨ ਵਿੱਚ ਕਦੇ ਤਾਂ ਤੂੰ ਖੁਸ਼ ਹੋਇਆ ਹੋਵੇਗਾ ਕੁਝ ਤਾਂ ਐਵੇਂ ਦਾ ਕੀਤਾ ਹੋਵੇਗਾ ਨਾ ਜਿਸ ਨੂੰ ਕਰਕੇ ਲੱਗਾ ਹੋਵੇਗਾ ਵੀ ਹਾਂ ਮੈਂ ਕੁਝ ਵਧੀਆ ਕੀਤਾ ਵੀ ਇਹਦੇ ਨਾਲ ਮੈਨੂੰ ਖੁਸ਼ੀ ਮਿਲੀ ਅੱਜ ਮੈਨੂੰ ਸਕੂਨ ਦੀ ਨੀਂਦ ਆਈਏ ਜਿਸ ਕਾਰਨ ਸਾਰੇ ਦੁੱਖ ਮਿਟ ਗਏ ਹੋਣ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਕਰਨਾ ਆਰੰਭ ਕਰ ਦੇਵੋ ਦੁੱਖਾਂ ਦਾ ਅੰਤ ਨਹੀਂ ਕਰਨਾ ਪੈਂਦਾ ਸਾਨੂੰ ਖੁਸ਼ ਰਹਿਣਾ ਪੈਣਾ ਸਿੱਖਣਾ ਜਿਵੇਂ ਹਨੇਰੇ ਨੂੰ ਭਜਾਇਆ ਨਹੀਂ ਜਾ ਸਕਦਾ ਉਥੇ ਚਾਨਣ ਕਰਨਾ ਪੈਂਦਾ ਜਿੱਥੇ ਚਾਨਣ ਆ ਗਿਆ ਹਨੇਰਾ ਫਿਰ ਆਪੇ ਉੱਥੋਂ ਭੱਜ ਜਾਂਦਾ ਜਿੱਥੇ ਸੂਰਜ ਚੜ੍ਹਦਾ ਹੈ ਰਾਤ ਫਿਰ ਆਪਣੇ ਆਪ ਭੱਜ ਜਾਂਦੀ ਤੇ ਜਿੱਥੇ ਖੁਸ਼ੀਆਂ ਦੇ ਖੇੜੇ ਹੁੰਦੇ ਹਨ ਫਿਰ ਦੁੱਖ ਦਰਦ ਆਪੇ ਭੱਜ ਜਾਂਦੇ ਨੇ ਦੁੱਖਾਂ ਤੋਂ ਨਾ ਡਰੋ ਬਸ ਇਹ ਕਰੋ ਜਿਸ ਨਾਲ ਤੁਹਾਨੂੰ ਖੁਸ਼ੀ ਮਿਲਦੀ ਵੇ ਉਸ ਨਾਲ ਸਾਡਾ ਮਾਣ ਹੀ ਉਸ ਵਿੱਚ ਡੁੱਬ ਜਾਵੇ ਆਪਾਂ ਕਿੰਨੀ ਵਾਰ ਵੇਖਿਆ ਹੋਏਗਾ ਵੀ ਕੋਈ ਜਿਵੇਂ ਕਿਸੇ ਦਾ ਫੋਨ ਆ ਜੇ ਤਾਂ ਉਹ ਬੰਦਾ ਉਹਦੇ ਨਾਲ ਫੋਨ ਤੇ ਲੱਗਾ ਰਹੇ ਤੇ ਜੇ ਉਹਦੇ ਕਿਸੇ ਮਤਲਬ ਜਾਣ ਪਛਾਣ ਦੀ ਹੈ ਜਿਸ ਨਾਲ ਗੱਲ ਕਰਕੇ ਉਹਨੂੰ ਵਧੀਆ ਲੱਗਦਾ ਉਹ ਕਿੰਨਾ ਕਿੰਨਾ ਸਮਾਂ ਉਹਦੇ ਨਾਲ ਗੱਲ ਕਰਦਾ ਰਹਿੰਦਾ ਤੇ ਫਿਰ ਜੇ ਕੋਈ ਕਵੇ ਨਾ ਵੀ ਇੰਨਾ ਸਮਾਂ ਹੋ ਗਿਆ ਤੈਨੂੰ ਫੋਨ ਤੇ ਲੱਗੇ ਤਾਂ ਉਹ ਕਹੇਗਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਿਉਂ ਐਵੇਂ ਹੋਇਆ ਕਿਉਂਕਿ ਉਹਦੀ ਰੁਚੀ ਸੀ ਉਸ ਵਿੱਚ ਐਵੇਂ ਜਦੋਂ ਆਪਾਂ ਕਿਸੇ ਕੰਮ ਵਿੱਚ ਆਪਣਾ ਪੂਰਾ ਮਨ ਲਾ ਕੇ ਕਰਾਂਗੇ ਨਾ ਤਾਂ ਸਭ ਕੁਝ ਪੁੱਲ ਜਾਵਾਂਗੇ ਆਪਣਾ ਮਨ ਇੱਕ 부ਜਾਰਤਾਂਗੇ ਤੇ ਜੋ ਸਾਡੇ ਅੰਦਰ ਸੋਚਾਂ ਭਜਦੀਆਂ ਰਹਿੰਦੀਆਂ ਨੇ ਨਾ ਉਹ ਸਾਰੀਆਂ ਸੋਚਾਂ ਹੀ ਸਾਨੂੰ ਸਾਰਾ ਦਿਨ ਭਜਾਈ ਰੱਖਦੀਆਂ ਨੇ ਸਾਡਾ ਮਨ ਹੀ ਸਾਡਾ ਸਭ ਤੋਂ ਵੱਡਾ ਆਪਣਾ ਭਾਗ ਮਿੱਤਰ ਤੇ ਵੈਰੀ ਮਨਤਾ ਸਾਡੇ ਸੁਖਲੀ ਬਣਿਆ ਸੀ ਬੀਏ ਹਰੇਕ ਤਰ੍ਹਾਂ ਦੀਆਂ ਆਪਣੀਆਂ ਜੋ ਖੁਸ਼ੀਆਂ ਨੇ ਉਹ ਇਹਦੇ ਨਾਲ ਆਪਾਂ ਪ੍ਰਾਪਤ ਕਰ ਸਕੀਏ ਪਰ ਅੱਜ ਹੁੰਦਾ ਇਹਦਾ ਉਲਟ ਹੈ ਮਨ ਸਾਡੇ ਹਿਸਾਬ ਨਾਲ ਨਹੀਂ ਚੱਲਦਾ ਆਪਾਂ ਨੂੰ ਮਨ ਦੇ ਹਿਸਾਬ ਨਾਲ ਚੱਲਣਾ ਪੈਂਦਾ ਆਪਾਂ ਕਰਨਾ ਤਾਂ ਬਹੁਤ ਆਪਣੇ ਵਿੱਚ ਸਾਰੇ ਜਣੇ ਕਹਿੰਦੇ ਨੇ ਵੀ ਮस्सी ਦਾ ਬਹੁਤ ਕੁਝ ਕਰਨਾ ਚਾਹੁੰਦੇ ਆ ਪਰ ਉਹ ਸਿਰਫ ਅਸੀਂ ਕਹਿੰਦੇ ਆ ਬਾ ਚ ਕਹਿੰਦੇ ਨੇ ਨਹੀਂ ਜੀ ਅੱਜ ਸਾਡਾ ਮਨ ਨਹੀਂ ਕਰਦਾ ਸਾਡਾ ਮਨ ਨਹੀਂ ਕਰਦਾ ਕੁਝ ਕਰਨ ਜਿਸ ਮਨ ਨੂੰ ਸਾਡੀ ਮੰਨਣੀ ਚਾਹੀਦੀ ਸੀ ਉਹ ਮਨ ਹੀ ਸਾਨੂੰ ਨੰਚਾਉਂਦਾ ਪਿਆ ਪੈਸਾ ਨੂੰ ਕਹਿ ਰਿਹਾ ਵੀ ਐਨ ਚੇਂਜ ਕਰ ਦੇ ਸੋਚੋ ਵੀ ਕੋਈ ਦੁਕਾਨ ਹੈ ਤੇ ਦੁਕਾਨ ਦਾ ਮਾਲਕ ਉਹ ਨੂੰ ਨਾ ਚਲਾਵੇ ਪਰ ਉਲਟਾ ਜਿਹੜੇ ਉੱਥੇ ਕੰਮੇ ਰੱਖੇ ਨੇ ਕੰਮ ਕਰਨ ਵਾਲਿਆਂ ਦੀ ਗੱਲ ਜਿਆਦਾ ਮੰਨੀ ਜਾਵੇ ਤੇ ਉਹੀ ਦੁਕਾਨ ਨੂੰ ਚਲਾਣ ਦੱਸੋ ਉਹ ਕੰਮ ਚੱਲੇਗਾ ਕੀ ਅਸਰ ਹੋਵੇਗਾ ਉਸ ਦੁਕਾਨ ਤੇ ਤੇ ਐਵੇਂ ਸਾਡਾ ਸਰੀਰ ਹੈ ਤੇ ਸਾਡਾ ਮਨ ਅੱਜ ਸਭ ਨਾਲ ਇਹੀ ਏ ਬਿਕੋਲ ਤੇ ਸਭ ਐ ਪਰ ਮਨ ਦੀ ਸ਼ਾਂਤੀ ਨਹੀਂ ਵੀ ਮਨ ਦੀ ਸ਼ਾਂਤੀ ਤਾਂ ਕਿਤੇ ਲੱਭਦੀ ਨਹੀਂ ਪੀ ਇਸ ਲਈ ਜਦੋਂ ਆਪਾਂ ਗੁਰਬਾਣੀ ਦੇ ਲੜ ਲੱਗਾਂਗੇ ਨਾ ਵਾਹਿਗੁਰੂ ਵਾਹਿਗੁਰੂ ਕਰਾਂਗੇ ਆਪੇ ਸਭ ਸੁਖ ਤੇ ਕਮਰਾਸ ਆ ਜਾਣਗੇ ਜਿਹੜੇ ਆਪਣੀ ਚਿੰਤਾਵਾਂ ਇਹ ਸਭ ਮੈਂ ਨਾ ਇਹ ਆਪੇ ਮੁਕਤ ਹੋ ਜਾਣਗੇ ਸਿਰਫ ਇਹ ਦੇਖੋ ਵੀ ਕਿਹੜਾ ਕੰਮ ਐ ਜਿਸ ਚ ਕਰਨ ਨਾਲ ਮੈਨੂੰ ਬਹੁਤ ਖੁਸ਼ੀ ਮਿਲੀ ਮੈਂ ਕਿਸੇ ਦੀ ਮਦਦ ਕੀਤੀ ਜਾਂ ਮੈਂ ਕੋਈ ਘਰ 'ਚ ਐਸਾ ਕੰਮ ਕੀਤਾ ਜਾਂ ਜੋ ਮੈਨੂੰ ਸਿੱਖਿਆ ਉਹਦੇ ਨਾਲ ਇਹ ਆਪਾਂ ਨੂੰ ਸੇਧ ਕਿੱਥੋਂ ਮਿਲੇਗੀ ਜਦੋਂ ਆਪਾਂ ਗੁਰਬਾਣੀ ਪੜਾਂਗੇ ਜਿਹੜਾ ਜ਼ਿਆਦਾ ਗੁਰਬਾਣੀ ਨਹੀਂ ਪੜ ਸਕਦੇ ਉਹ ਰੋਜ਼ ਇੱਕ ਅੰਗ ਪੜ ਲਿਆ ਕਰੋ ਉਹਨੂੰ ਵਿਚਾਰਿਆ ਕਰੋ ਕਿ ਗੁਰਬਾਣੀ ਵਿੱਚ ਕੀ ਦੱਸਿਆ ਜਦੋਂ ਆਪਾਂ ਉਹਨੂੰ ਵਿਚਾਰਾਂਗੇ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰਾਂਗੇ ਦੇਖਿਓ ਫਿਰ ਜਿਹੜੀ ਅਗਲੀ ਸਵੇਰ ਹੋਏਗੀ ਨਾ ਉਹ ਇੱਕ ਵੱਖੀ ਸਵੇਰ ਹੋਏਗੀ ਉਦੇ ਵਿੱਚ ਸਿਰ ਤੇ ਸਿਰ ਚਾਨਣ ਹੋਏਗਾ ਤੇ ਗਿਆਨ ਦਾ ਚਾਨਣ ਜੋ ਆਪਾਂ ਸਮੇਟ ਕੇ ਆਪਣੀ ਜ਼ਿੰਦਗੀ ਨੂੰ ਇੱਕ ਨਵੇਂ ਮੋੜ ਤੋਂ ਇੱਕ ਨਵੀਂ ਸ਼ੁਰੂਆਤ ਕਰਾਂਗੇ ਜਿੱਥੇ ਸਭ ਕੁਝ ਖੁਸ਼ੀਆਂ ਭਰਿਆ ਹੋਵੇਗਾ ਲੋੜ ਪਤਾ ਕੀ ਹੈ ਸਿਰਫ ਸਾਨੂੰ ਉੱਠ ਕੇ ਇੱਕ ਵਾਰ ਉਹ ਵਾਹਿਗੁਰੂ ਦੇ ਲੜ ਲੱਗਣ ਦੀ ਜਿਸ ਵਾਹਿਗੁਰੂ ਨੂੰ ਅਸੀਂ ਅੱਜ ਭੁੱਲ ਗਏ ਹਾਂ ਤਾਂ ਹੀ ਤਾਂ ਇਹਨੇ ਦੁੱਖ ਤਕਲੀਫਾਂ ਨੇ ਤੇ ਦੁੱਖ ਤਕਲੀਫਾਂ ਦਾ ਛੁਟਕਾਰਾ ਸਿਰਫ ਵਾਹਿਗੁਰੂ ਦਾ ਨਾਮ ਹੈ ਅੰਮ੍ਰਿਤ ਵੇਲੇ ਉਠ ਜਪਜੀ ਸਾਹਿਬ ਦਾ ਪਾਠ ਕਰੋ ਸ਼ਾਮ ਨੂੰ ਰੈਰਾਸ ਕੀਰਤਨ ਸੋਲੇ ਦਾ ਪਾਠ ਕਰੋ ਫਿਰ ਦੇਖੋ ਜ਼ਿੰਦਗੀ ਕਿਵੇਂ ਆਪੇ ਸਵਰਗ ਬਣ ਜਾਂਦੀ ਹੈ ਜ਼ਿੰਦਗੀ ਵਿੱਚ ਖੁਸ਼ੀਆਂ ਆਪੇ ਦਸਤਕ ਦੇਣਗੀਆਂ